ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਆਮ ਆਦਮੀ ਪਾਰਟੀ ਦੇ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਕਾਫੀ ਉਤਸ਼ਾਹਜਨਕ ਮਾਹੌਲ ਨਜ਼ਰ ਆ ਰਿਹਾ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬਾਗੀਆਂ ਵੱਲੋਂ ਕੀਤੇ ਜਾ ਰਹੇ ਆਮ ਆਦਮੀ ਪਾਰਟੀ ਦੇ ਚੰਗੇ ਪ੍ਰਦਰਸ਼ਨ ਦੇ ਬਿਆਨ ਨੂੰ ਦੇਖਦੇ ਹੋਏ ਕਿਹਾ ਹੈ ਕਿ ਜੇਕਰ ਬਾਗੀ ਦੁਬਾਰਾ ਤੋਂ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਤਾਂ ਉਹਨਾਂ ਨੂੰ ਪਾਰਟੀ ਦੇ ਵਿੱਚ ਖੁੱਲ੍ਹਾ ਸੱਦਾ ਏ। ਇੱਥੇ ਬਿਆਨ ਦਿੰਦੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਪਾਰਟੀ ਦੇ ਵਿੱਚ ਬਾਗੀ ਹੋਏ ਵਿਧਾਇਕ ਵਾਪਸੀ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਲਈ ਪਾਰਟੀ ਦੇ ਵਿੱਚ ਖੁੱਲ੍ਹਾ ਸੱਦਾ ਹੈ, ਪਰ ਉਹ ਵੀ ਬਿਨਾਂ ਸ਼ਰਤਾਂ ਤੋਂ। ਇੱਥੇ ਕਿਸ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਨੂੰ ਪਾਰਟੀ ਵਿੱਚ ਦੁਬਾਰਾ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ, ਤੁਸੀਂ ਖੁਦ ਦੇਖ ਲਓ। ਸੀ ਜਿਹੜੇ ਨਿਰਾਸ਼ ਹੋ ਗਏ ਸੀ, ਨਾਰਾਜ਼ ਹੋ ਗਏ ਸੀ, ਜਿਹੜੇ ਵੀ ਆਉਣਾ ਚਾਹੁੰਣਗੇ ਸਭ ਦਾ ਵੈਲਕਮ, ਸਭ ਦਾ ਸਵਾਗਤ ਕੀਤਾ ਜਾਊਗਾ। ਜਿਹਨਾਂ ਨੂੰ ਮੈਂ ਸਮਝਦਾ ਕਿਸੇ ਸਾਰੇ ਵਿਅਕਤੀਆਂ ਦਾ ਅਸੀਂ ਸਵਾਗਤ ਕਰਾਂਗੇ। ਦੇਖੋ ਕਿਸੇ ਦੀ ਕੋਈ ਸ਼ਰਤ ਮਨਜ਼ੂਰ ਨਹੀਂ ਕੀਤੀ ਜਾਊ। ਦੇਖੋ ਮਾਸਟਰ ਬਲਦੇਵ ਜੀ ਨੇ ਕੋਈ ਸ਼ਰਤ ਨਹੀਂ ਰੱਖੀ ਹੈਗੀ। ਮਾਸਟਰ ਬਲਦੇਵ ਜੀ ਨੇ ਕਿਹਾ ਹੈਗਾ ਕਿ ਉਹਨਾਂ ਲੋਕਾਂ ਨੇ ਗਲਤੀਆਂ ਕਰਵਾਈਆਂ ਸੀ, ਉਹ ਨਵੇਂ ਸਿਆਸਤ 'ਚ, ਇਸ ਗੱਲ ਕਰਕੇ ਉਹਨਾਂ ਨੇ ਸਾਰੀ ਗੱਲ ਛੱਡੀ ਆ। ਜਿਹੜੇ ਉਹ ਵਿਅਕਤੀ ਨੇ ਜਿਨ੍ਹਾਂ ਨੇ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀਗੀ, ਉਹਨਾਂ ਦੀ ਕੋਈ ਸ਼ਰਤ ਨਹੀਂ ਮੰਨੀ ਜਾਊਗੀ। ਬਗੈਰ ਸ਼ਰਤ ਕੋਈ ਵੀ ਜਿਹੜਾ ਹੈਗਾ ਉਹ ਸ਼ਾਮਲ ਹੋ ਸਕਦਾ। ਥੈਂਕ ਯੂ ਜੀ। ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।